16 फरवरी को संयुक्त किसान मोर्चा ने भारत बंद का आह्वान किया है, जिसके चलते बटाला के अलग अलग इलाकों में अलग अलग किसान संगठनों ने चंदा मार्च निकाला, जिसमें किसान नेताओं ने शहर के बाहर लोगों से अपील की है कि 16 फरवरी को किसानों का समर्थन करें और भारत बंद का समर्थन करें। आप देख रहे हैं BS लाइव न्यूज चैनल। बटाला से दमन बाजवा की रिपोर्ट। समाचार अच्छा लगे तो लाइक, शेयर और सब्सक्राइब करना न भूलें। धन्यवाद। किसान मोर्चा भारत जिंदाबाद। हकों लई लड़ने वाले लोगों का एक जिंदाबाद। ਜਥੇਬੰਦੀਆਂ, ਵਪਾਰਕ ਜਥੇਬੰਦੀਆਂ, ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਵਪਾਰੀ ਟਰਾਂਸਪੋਰਟ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਗੱਲ ਹੈ ਤੇ ਸਾਰੇ ਅੱਜ ਅਸੀਂ ਜਿਹੜਾ 16 ਦੀ ਬੰਦੀ ਕਾਲ SKM ਨੇ ਅਤੇ ਸਾਰੇ ਜਿਹੜੇ ਭਾਰਤ ਦੇ ਟ੍ਰੇਡ ਯੂਨੀਅਨ ਮਜ਼ਦੂਰ ਮੁਲਾਜ਼ਮ ਸਾਰੇ ਵਰਗਾਂ ਨੇ ਜਿਹੜੀ ਕਾਲ ਦਿੱਤੀ ਹੈ 16 ਦੇ ਬੰਦ ਦੀ, ਭਾਰਤ ਬੰਦ ਦੀ, ਉਹਨੂੰ ਸਫਲ ਬਣਾਉਣ ਲਈ ਅੱਜ ਅਸੀਂ ਸ਼ਹਿਰ ਦੇ ਵਿੱਚ ਮਾਰਚ ਕਰਕੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਕਿ ਉਦਣ ਸਾਡਾ ਬੰਦ ਕਰਕੇ ਆਪਣੀਆਂ ਦੁਕਾਨਾਂ 16 ਨੂੰ ਅਤੇ ਸਾਡਾ ਸਹਿਯੋਗ ਕਰਨ। ਬੰਦ ਕਿਉਂ ਕੀਤਾ ਜਾ ਰਿਹਾ? ਬੰਦ ਜਿਹੜੀਆਂ ਸਾਡੀਆਂ ਮੰਗਾਂ ਨੇ ਕਿਸਾਨਾਂ ਦੀਆਂ ਰਹਿੰਦੀਆਂ, ਜਿਹੜਾ ਸਾਡੇ ਨਾਲ ਫੈਸਲਾ ਕਰਕੇ ਮੁੱਕਰ ਗਏ ਨੇ ਸੈਂਟਰ ਸਰਕਾਰ, ਉਹ ਸਾਰੀਆਂ 7 ਦੀਆਂ 7 ਮੰਗਾਂ ਨੇ। ਕਿਸਾਨਾਂ ਦਾ ਕਰਜ਼ਾ ਮਾਫੀ ਜਿਹੜੀ ਹੈ ਉਹ ਮੰਗ ਆ, MSP 'ਤੇ ਕਾਨੂੰਨ ਬਣਾਉਣਾ, ਗਰੰਟੀ ਕਾਨੂੰਨ, MSP ਜਿਹੜੀ C2+50% ਦੇ ਹਿਸਾਬ ਨਾਲ ਲੈਣੀ, ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਇਨਸਾਫ ਦਿਵਾਉਣਾ, ਅਜੇ ਮਿਸ਼ਰਾ ਟੈਣੀ ਦੀ ਨੂੰ ਬਰਖਾਸਤ ਕਰਾਉਣਾ ਜਿਹਦੇ ਬੇਟੇ ਨੇ ਸਾਡੇ ਸ਼ਹੀਦ ਕੀਤੇ ਸੀ 5 ਕਿਸਾਨ ਉੱਥੇ, ਇਹ ਸਾਰੀਆਂ 7 ਮੰਗਾਂ ਇਹ ਨੇ। ਬਾਕੀ ਮਜ਼ਦੂਰਾਂ ਦੀਆਂ ਮੰਗਾਂ ਨੇ, ਜਿਹੜੇ ਉਹਨਾਂ ਦੇ 4 ਲੇਬਰ ਕੋਡ ਨੇ ਉਹ ਜਿਹੜੇ ਪੁਰਾਣੇ ਜਿਹੜੇ ਕਾਨੂੰਨ ਉਹਨਾਂ ਖਤਮ ਕਰਤੇ ਅਤੇ 4 ਕਾਨੂੰਨ ਨਵੇਂ ਬਣਾਤੇ ਨੇ, ਉਹ ਪੁਰਾਣੇ ਕਾਨੂੰਨ ਹੀ ਰਹਿਣੇ ਚਾਹੀਦੇ ਨੇ। ਨਵੇਂ ਕਾਨੂੰਨਾਂ 'ਚ ਬਹੁਤ ਧੱਕਾ, ਉਹਨਾਂ 12 ਘੰਟੇ ਜਿਹੜੀ ਡਿਊਟੀ ਕਰਤੀ ਹੈ, ਪਹਿਲਾਂ 8 ਘੰਟੇ ਸੀ, ਔਰ 12 ਘੰਟੇ 'ਚ ਉਹਨਾਂ ਨੂੰ ਜੋ ਪੇ ਮਿਲਣੀ ਆ ਉਹ 8 ਘੰਟਿਆਂ ਦੀ ਮਿਲਣੀ, ਡਿਊਟੀ 12 ਘੰਟੇ ਕਰਨ। ਤੀਸਰੀ ਜਿਹੜੀ ਆ ਜਿਹੜੀ ਪੈਨਸ਼ਨਰ ਸਕੀਮ ਆ, ਜਿਹੜੇ ਮੁਲਾਜ਼ਮ ਆ ਉਹ ਵੀ ਸਾਡੇ ਨਾਲ ਨੇ, ਉਹਨਾਂ ਦੀ ਵੀ ਮੰਗ ਵਿੱਚ ਆ ਕਿ ਪੁਰਾਣੀ ਪੈਨਸ਼ਨ ਜਿਹੜੀ ਉਹ ਲਾਗੂ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਜਿਹੜੀ ਨਾ ਲਾਗੂ ਕੀਤੀ ਜਾਵੇ। ਇਸ ਤਰ੍ਹਾਂ ਦੀਆਂ ਸਾਰੀਆਂ ਮੰਗਾਂ, ਨੌਜਵਾਨਾਂ ਦੀਆਂ ਮੰਗਾਂ ਵੀ ਨੇ, ਸਾਰੀਆਂ ਮੰਗਾਂ ਵਿੱਚ ਨੇ। ਕਿਹੜੇ ਜਥੇਬੰਦੀ
ਹਾਂਜੀ ਕਿਹੜੇ ਜਥੇਬੰਦੀ? ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ। ਮੇਰਾ ਨਾਮ ਸ਼ੇਰ ਪੰਜਾਬ ਸਿੰਘ ਕਾਲੂ, ਪ੍ਰਧਾਨ ਬਟਾਲਾ ਬਲਾਕ, ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ। ਕਿਸ ਸੰਬੰਧੀ ਜੀ ਅੱਜ ਤੁਹਾਡੇ 16 ਤਰੀਕ ਦੀ ਕਾਲ ਦਿੱਤੀ ਗਈ ਹੈ ਐਸ ਕੇ ਐਮ ਵੱਲੋਂ ਭਾਰਤ ਬੰਦ ਦੀ, ਉਸ ਸਿਲਸਿਲੇ 'ਚ ਅੱਜ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜ਼ਿਲ੍ਹੇ ਵਾਈਜ਼ ਹੋ ਰਿਹਾ, ਤਹਿਸੀਲ ਵਾਈਜ਼ ਹੋ ਰਿਹਾ ਔਰ ਪ੍ਰੋਗਰਾਮ ਦਾ ਮੁੱਖ ਕਾਰਨ ਜਿਹੜਾ ਉਹ ਇਹ ਆ ਕਿ ਜਿਹੜੇ ਲੋਕ ਆ ਉਹਨਾਂ ਨੂੰ ਆਪਣੇ ਨਾਲ ਲੈ ਕੇ ਅਸੀਂ ਚੱਲਣਾ ਚਾਹੁੰਦੇ ਹਾਂ। ਅਸੀਂ ਕਿਸੇ ਤਰ੍ਹਾਂ ਦਾ ਤਕਰਾਰ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਕਿ ਬਟਾਲਾ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਸਾਡਾ ਸਪੋਰਟ ਕਰਨ 16 ਤਰੀਕ ਨੂੰ। ਅੱਜ ਅਸੀਂ ਜਾਗਰੂਕ ਕਰ ਰਹੇ ਹਾਂ ਲੋਕਾਂ ਨੂੰ ਕਿ ਜਿਹੜਾ 16 ਤਰੀਕ ਦੀ ਕਾਲ ਹੈ ਉਹਨੂੰ ਸਫਲ ਬਣਾਇਆ ਜਾ ਸਕੇ। ਤੁਹਾਨੂੰ ਕੀ ਲੱਗਦਾ ਜਿਸ ਹਿਸਾਬ 'ਤੇ ਪ੍ਰੋਗਰਾਮ ਕਰਦੇ ਹੋ, ਰੈਲੀ ਕਰਦੇ ਹੋ, ਰੇਲਾ ਜਾਮ ਕਰਦੇ ਵੀ, ਉਹ ਲੋਕ ਤੁਹਾਡਾ ਜੁੜਨਗੇ? ਦੇਖੋ, ਅਸੀਂ ਰੇਲਾਂ ਜਾਮ ਦੀ ਤਾਂ ਮੈਂ ਗੱਲ ਕੀਤੀ ਨਹੀਂ, ਆਪਾਂ ਜਿਹੜੀ ਭਾਰਤ ਬੰਦ ਦੀ ਕਾਲ ਕੀਤੀ ਆ ਉਹਦੇ ਵਿੱਚ ਆਪਾਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਚੱਲਣ ਦੇਵਾਂਗੇ। ਉਹ ਅਸੀਂ ਨਹੀਂ ਚਾਹੁੰਦੇ ਸਾਡੇ ਕਰਕੇ ਕਿਸੇ ਦਾ ਕੋਈ ਰੁਕਾਵਟ ਪਵੇ ਕਿਸੇ ਦੇ ਕੰਮ 'ਚ, ਔਰ ਅਸੀਂ ਉਹ ਦੁਕਾਨਦਾਰਾਂ ਨੂੰ ਕੋਈ ਤਕਰਾਰ ਨਹੀਂ ਚਾਹਾਂਗੇ। ਉਦਨ ਅਸੀਂ ਧੱਕੇ ਨਾਲ ਕੋਈ ਦੁਕਾਨਾਂ ਨਹੀਂ ਬੰਦ ਕਰਨੀਆਂ, ਅਸੀਂ ਜਾਗਰੂਕ ਕਰਨਾ ਲੋਕਾਂ ਨੂੰ ਅੱਜ ਕਿ ਤੁਸੀਂ ਸਾਡੇ ਨਾਲ ਤੁਰੋ ਅਤੇ ਸਾਡੇ ਨਾਲ ਲਾ ਕੇ ਇਸ ਜਿਹੜਾ 16 ਤਰੀਕ ਦਾ ਪ੍ਰੋਗਰਾਮ ਇਹਨੂੰ ਸਫਲ ਕਰੋ। ਜੇ ਬਾਈ ਚਾਂਸ ਸਾਡੇ ਅਵੇਅਰਨੈਸ ਨਾਲ ਦੁਕਾਨਾਂ ਨਹੀਂ ਬੰਦ ਹੁੰਦੀਆਂ, ਹਾਂ ਦੁਕਾਨਾਂ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ? ਨਹੀਂ, ਕੋਸ਼ਿਸ਼ ਇੱਦਾਂ ਦੀ ਕੋਈ ਨਹੀਂ ਕੀਤੀ ਜਾਊਗੀ। ਅਸੀਂ ਪੀਸਫੁਲ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰਾਂਗੇ ਅਤੇ ਉੱਧਰ ਵੀ ਲੋਕਾਂ ਤੋਂ ਇਹੋ ਬੇਨਤੀ ਕਰਾਂਗੇ, ਆਸ ਕਰਾਂਗੇ ਕੋਈ ਸਾਡਾ ਸਾਥ ਦੇ। 16 ਤਰੀਕ ਨੂੰ ਕੋਈ ਧਰਨੇ ਲਗਾਏ ਜਾਣਗੇ, ਮਾਰਚ ਕੀਤਾ ਜਾਏਗਾ ਕਿ ਦੁਕਾਨਾਂ ਬੰਦ ਕਰਾਈਆਂ ਜਾਣਗੀਆਂ, ਕੀ ਪ੍ਰੋਗਰਾਮ? 16 ਤਰੀਕ ਨੂੰ ਮੇਨ ਜਿਹੜਾ ਪ੍ਰੋਗਰਾਮ ਹੈ ਉਹ ਅਸਲ 'ਚ ਹਾਈਵੇ ਦੇ ਉੱਪਰ ਬਹਿਣ ਦਾ ਪ੍ਰੋਗਰਾਮ, ਜੇ ਹਾਈਵੇ ਵੀ ਟੋਟਲੀ ਬੰਦ ਨਹੀਂ ਕਰਾਂਗੇ ਆਪਾਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਲਗਾਤਾਰ ਉੱਥੇ ਚੱਲਣ ਦੇਵਾਂਗੇ।